आम आदमी पार्टी ਦੇ ਸਾਰੇ ਮਿਨਿਸਟਰ ਇਦਾਂ ਦੇ ਕੰਮਾਂ 'ਚ ਫਸੇ ਆ। ਇਹਦਾ ਜਿਹੜਾ ਫੜਿਆ ਜਾਂਦਾ ਆ ਉਹਦੀ ਗੱਲ ਆਉਂਦੀ ਬਾਹਰ। 50% ਤਾਂ ਇਹਨਾਂ ਦੇ ਕ੍ਰਿਮੀਨਲ ਹੀ ਹੈਗੇ ਆ, ਐਮਐਲਏ ਜਿਨ੍ਹਾਂ ਦੇ ਕੇਸਿਸ ਹੈਗੇ ਆ। ਫੌਜਾ ਸਿੰਘ ਸਰਾਰੀ ਦੀ ਜੇ ਗੱਲ ਕਰਦੇ ਆ ਤਾਂ ਕਹਿਣ ਨੂੰ ਸ਼ੱਕ, ਉਹ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ, ਪਰ ਉਹਨੇ ਆ ਜਿੱਦਾਂ ਫਰਜ਼ੀ ਟਰੈਪ ਲਾਣੇ ਜਾਂ ਹੋਰ ਉਹ ਆਦਤਾਂ ਨਹੀਂ ਛੱਡੀਆਂ ਐਮਐਲਏ ਬਣ ਕੇ ਵੀ। ਤੇ ਬੜੀ ਹੈਰਾਨਗੀ ਦੀ ਗੱਲ ਆ ਕਿ ਉਹਦੀ ਵੀਡੀਓ ਵਾਇਰਲ ਹੋਈ ਔਰ ਸ਼ਰੇਆਮ ਸਾਰੀ ਜਨਤਾ ਨੇ ਉਹਦੀ ਆਵਾਜ਼ ਵੀ ਸੁਣੀ ਔਰ ਕੋਈ ਕਹਿ ਨਹੀਂ ਸਕਦਾ ਸੀ ਵੀ ਉਹਦੀ ਆਵਾਜ਼ ਨਹੀਂ ਆ। ਫੌਜਾ ਸਿੰਘ ਸਰਾਰੀ ਵੀ ਖੁਦ ਪ੍ਰੈਸ ਮੋਹਰੇ ਕਦੀ ਨਹੀਂ ਆਇਆ ਔਰ ਖੁਦ ਉਹਨੇ ਕਦੀ ਵੀ ਆ ਕੇ ਇਹ ਨਹੀਂ ਕਿਹਾ ਕਿ ਮੇਰੀ ਇਹ ਕੈਸਟ ਨਹੀਂ, ਉਹਦੇ ਕਹਿਤਾ ਜੀ ਇਹ ਬਣਾਈ ਗਈ ਆ। ਸੋ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਬੜੇ ਦਾਅਵੇ ਕਰਦੀ ਆ ਕਿ ਅਸੀਂ ਕਰਪਸ਼ਨ ਫਰੀ ਸਰਕਾਰ ਦੇਵਾਂਗੇ, ਉਹ ਉਹਨਾਂ ਦੀ ਪੋਲ ਖੁੱਲ ਚੁੱਕੀ ਆ, ਉਹਨਾਂ ਦੇ ਝੂਠ ਸਾਬਤ ਹੋ ਚੁੱਕਿਆ। ਆ ਪਰਸੋਂ ਚੌਧਰੀ ਵਾਲੇ ਗੱਲ ਆ, ਕੁਲਦੀਪ ਸਿੰਘ ਧਾਲੀਵਾਲ ਜਿਹੜੇ ਪੰਚਾਇਤ ਮਿਨਿਸਟਰ ਆ, ਉਹਨਾਂ ਨੂੰ ਜਦੋਂ ਕਿਸੇ ਨੇ ਪ੍ਰੈਸ ਨੇ ਪੁੱਛਿਆ ਵੀ ਫੌਜਾ ਸਿੰਘ ਸਰਾਰੀ ਦੇ ਖਿਲਾਫ਼ ਕੀ ਕਰੋਗੇ, ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ, ਉਹ ਕਹਿੰਦੇ ਜੀ ਇੱਦਾਂ ਦੀਆਂ ਦਾ ਵੀਡੀਓ 25-30 ਵਾਇਰਲ ਰੋਜ਼ ਦੀਆਂ ਹੁੰਦੀਆਂ, ਤਾਂ ਉਹਨੇ ਕੋਈ ਦਿੱਲੀ ਵੇਚਤੀ, ਉਹਨੇ ਕੋਈ ਚੰਡੀਗੜ੍ਹ ਵੇਚਤਾ ਜਿਹੜੇ ਉਹਦੇ ਖਿਲਾਫ਼ ਐਕਸ਼ਨ ਹੋਵੇ। ਪਰ ਆਮ ਆਦਮੀ ਪਾਰਟੀ ਇਸ ਕੇਸ 'ਚ ਪੂਰੀ ਤਰ੍ਹਾਂ ਘਿਰ ਗਈ ਆ ਔਰ ਭਗਵੰਤ ਮਾਨ ਨੂੰ ਵੀ ਜਵਾਬ ਦੇਣਾ ਮੁਸ਼ਕਲ ਹੋ ਗਿਆ। ਮਹੀਨਾ ਹੋ ਚੱਲਾ ਇਹ ਕੇਸ ਇਹ ਵੀਡੀਓ ਲੀਕ ਹੋਈ ਨੂੰ, ਅਤੇ ਆਮ ਆਦਮੀ ਪਾਰਟੀ ਸੋਚਦੀ ਸੀ ਸ਼ਾਇਦ ਇਹਨੂੰ ਰਫਾ ਦਫਾ ਕਰ ਦਿਆਂਗੇ, ਪਰ ਜਿੰਨਾ ਪ੍ਰੈਸ ਨੇ ਤਿੱਖਾ ਰੁੱਖ ਅਪਣਾਇਆ ਅਤੇ ਦੂਸਰੀਆਂ ਪੋਲੀਟੀਕਲ ਪਾਰਟੀਜ਼ ਨੇ ਇਸ ਮਾਮਲੇ 'ਚ ਮਜਬੂਰ ਹੋ ਕੇ ਉਹਨਾਂ ਨੇ ਨੋਟਿਸ ਦਿੱਤਾ। ਪਰ ਮੈਂ ਇਹ ਕਹਿਣਾ ਕਿ ਇਹ ਸਾਰੇ ਡਰਾਮੇਬਾਜ਼ੀ ਆ ਇਹਨਾਂ ਦੀ, ਇਹ ਕੋਈ ਸੀਰੀਅਸ ਨਹੀਂ ਹੈ ਕਰਪਸ਼ਨ ਹਟਾਉਣ ਲਈ। ਵਿਜੇ ਸਿੰਘ ਲੇਰਾ ਕੇਸ ਇਹਦੇ 'ਚ ਆਪਣੇ ਆਪ ਉਦਾਹਰਣ ਆ, ਮੁੱਖ ਮੰਤਰੀ ਖੁਦ ਮਦਈ ਖੁਦ ਗਵਾਹ, ਉਹਨਾਂ ਕੋਲ ਵੀਡੀਓ ਕਲਿੱਪ ਆਈ ਵੀ ਉਹ ਪੈਸੇ ਮੰਗਦਾ ਹੈਗਾ ਵਿਜੇ ਇੰਦਰਾ ਜਿਹੜਾ ਹੈਲਥ ਮਿਨਿਸਟਰ ਸੀ ਵਿਜੇ ਸਿੰਗਲਾ, ਅਤੇ ਅੱਜ ਵੀ ਉਹ ਇਹਨਾਂ ਦੀ ਪਾਰਟੀ ਦੇ ਵਿੱਚ ਪਹਿਲੀਆਂ ਕਤਾਰਾਂ 'ਚ ਖੜਾ ਹੋ ਕੇ ਹਰ ਕੰਮ 'ਚ ਹਿੱਸਾ ਲੈਂਦਾ। ਜਮਾਨਤ ਜਦੋਂ ਉਹਦੀ ਹੋਈ ਸਭ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਮਾਨਸੇ ਗਿਆ, ਉੱਥੇ ਇਹਦੇ ਹਾਰ ਪਾਏ ਗਏ। ਸੋ ਜਿਹਦੇ 'ਚ ਮੁੱਖ ਮੰਤਰੀ ਆਪ ਕੰਪਲੇਨੈਂਟ ਹੋਵੇ ਆਪਣੇ ਮੰਤਰੀ ਦੇ ਖਿਲਾਫ਼, ਉਹਦੀ ਜਮਾਨਤ ਹੋ ਜਾਵੇ, ਅਤੇ ਉੱਥੇ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਇਹਦੀ ਜਿਹੜੀ, ਅਤੇ ਮੁੱਖ ਮੰਤਰੀ ਕਹਿੰਦਾ ਸਾਡੇ ਕੋਲ ਮੇਰੇ ਕੋਲ ਕੈਸ। ਸੋ ਉਹ ਵੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਸੀ ਉਹ ਸੰਗਰੂਰ ਦਾ ਇਲੈਕਸ਼ਨ ਔਰ ਗੁਜਰਾਤ ਹਿਮਾਚਲ ਦੇ ਇਲੈਕਸ਼ਨਾਂ ਨੂੰ ਸਾਹਮਣੇ ਰੱਖ ਕੇ ਲਿਆ ਸੀ, ਤਾਂ ਕਿ ਅਸੀਂ ਆਪਣੇ ਆਪ ਆਪਣੇ ਇੱਕ ਬੰਦੇ ਨੂੰ ਫਰਜ਼ੀ ਬਲੀ 'ਤੇ ਚੜ੍ਹਾ ਕੇ ਤਾਂ ਸੱਚਾ ਸੁੱਚਾ ਦਿਖਾ ਸਕੀਏ। ਹੁਣ ਉਸ ਕੇਸ 'ਚ ਵੀ ਕੁਛ ਨਹੀਂ, ਅਤੇ ਇਹਨਾਂ ਨੇ ਹੁਣ ਇਨਕੁਆਇਰੀ ਲਾ ਦਿੱਤੀ ਆ ਆਪਣੀ ਆਪਣੀ ਪਾਰਟੀ ਦੀ, ਅਤੇ ਉਹਦੇ ਵਿੱਚੋਂ ਨਿਕਲਣਾ ਕੀ ਆ ਸਭ ਕੋਈ ਜਾਣ ਸਕਦਾ ਆ। ਇਹ ਤਾਂ ਸਿਰਫ ਅੱਖਾਂ ਪੂੰਝਣ ਲਈ ਆ, ਟਾਈਮ ਟਪਾਉਣ ਲਈ ਹੈਗਾ ਆ। ਫੌਜਾ ਸਿੰਘ ਸਰਾਰੀ ਵਰਗੇ ਸਾਰੇ ਇਹਨਾਂ ਦੇ ਮਿਨਿਸਟਰ ਜਿਹੜੇ ਆ ਬਹੁਤ ਸਾਰੇ ਉਹਨਾਂ 'ਚੋਂ ਕਰਪਟ ਆ, ਔਰ ਜਿੱਦਣ ਫੜੇ ਜਾਣਗੇ ਵਾਰੀ ਵਾਰੀ ਸਭ ਦਾ ਨਾਮ ਸਾਹਮਣੇ ਆਉਂਦਾ ਜਾਏਗਾ।